ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਰਸੇਮ ਸਿੰਘ ਮਠਾੜੂ ਦੇ ਨਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ نیوز ਚੈਨਲ ਦੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਖਬਰਾਂ ਗੱਲਬਾਤ ਕਰਾਂਗੇ ਪਾਤ ਅਤੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਮੁੱਖ ਖਬਰਾਂ ਦੀ ਇਹਨਾਂ ਖਬਰਾਂ ਨੂੰ ਸ਼ੁਰੂ ਕਰਤਾ ਪਹਿਲਾਂ ਇੱਕ ਵਾਰੀ ਨਜ਼ਰ ਮਾਰ ਲੈਣੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ ਚ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ 28 ਦਸੰਬਰ ਤੱਕ ਹੜਤਾਲ ਤੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀ ਦਾ ਸਾਹਮਣਾ 60 ਲੱਖ ਕਿਸਾਨਾਂ ਲਈ ਚੰਗੀ ਖਬਰ ਖਾਤੇ ਚਾਣਗੇ 5-5000 ਰੁਪਏ ਮੁੱਖ ਮੰਤਰੀ ਨੇ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ 2022 ਤੇ ਲਈ ਸਿੱਧੇ ਤੌਰ ਤੇ ਲੇਬਰ ਕੰਮ ਕਰਨ ਦੀ ਦਿੱਤੀ ਇਜਾਜ਼ਤ ਡਾਕਟਰਾਂ ਵੱਲੋਂ ਅਮਰਤ ਸਰ ਬੇਅਦਬੀ ਦੇ ਦੋਸ਼ੀ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਦੇਖੋ ਪੂਰੀ ਖਬਰ ਸੜਕਾ ਤੇ ਫਰੀ ਸਫਰ ਖਤਮ ਲੋਕਾਂ ਤੋਂ ਇੱਕ ਬਣ 40 ਲੱਖ ਕਰੋੜ ਕਮਾਈ ਕਰਨ ਦੀ ਤਿਆਰੀ ਚ ਸਰਕਾਰ ਪੰਜਾਬ ਅਗਰ ਉਤਰਾਖੰਡ ਵਿੱਚ ਵੱਡਾ ਧਮਾਕਾ ਕਾਂਗਰਸ ਨੂੰ ਆਲਵੇ ਦਾ ਕਹਿ ਸਕਦੇ ਨੇ ਹਰੀ ਸ਼ਰਾਵਤ ਕੈਨੇਡਾ ਜਾਣ ਦੇ ਚਾਹਵਨ ਵਾਲੇ ਖੁਸ਼ਖਬਰੀ 2022 ਚ 4 ਲੱਖ ਤੋਂ ਜ਼ਿਆਦਾ ਲੋਕਾਂ ਲਈ ਖੋਲਣਗੇ ਦਰਵਾਜ਼ੇ ਹੁਣ ਪੰਜਾਬ ਵਿੱਚ ਕਿਸਾਨ ਬਰਸ ਕਾਂਗਰਸ ਸਰਕਾਰ ਚੰਡੀਗੜ੍ਹ ਚ 32 ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਚਨੀ ਸਰਕਾਰ ਦੇ ਚੜਿਆ ਨਵਾਂ ਚ选 ਮਲਾਵਾ ਵੱਲੋਂ 28 ਤੇ 29 ਦਸੰਬਰ ਨੂੰ ਕੀਤਾ ਜਾਵੇਗਾ ਪੰਜਾਬ ਬੰਦ ਮੋਦੀ 1 ਜਨਵਰੀ ਨੂੰ ਜਾਰੀ ਕਰਨਗੇ ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ 24 ਦਸੰਬਰ ਤੋਂ ਕੇਦਰੀਵਾਲ ਦਾ ਪੰਜਾਬ ਦੌਰਾਨ 크리스마ਸ ਮੌਕੇ ਮਾਣ ਨੂੰ ਐਲਾਨਣਗੇ ਸੀਐਮ ਚਹਿਰਾ ਪੰਜਾਬ 'ਚ 24 ਦਸੰਬਰ ਤੋਂ بارش ਤੇਈ ਤੋਂ 25 ਤਰੀਕ ਤੱਕ ਪਵੇਗੀ ਸੰਗਣੀ ਤੋਂ ਦੇ ਜਾਣੋ ਮੌਸਮ ਦਾ ਹਾਲ ਤਾਂ ਦੋਸਤੋ ਇਸ ਵੀ ਆਪਣੇ ਸਮੇਂ ਨਹੀਂ ਆ ਚੋਣੀਆਂ ਖਬਰਾਂ ਹੁਣ ਗੱਲਬਾਤ ਕਰਾਂਗੇ ਜਿਹਨਾਂ ਖਬਰਾਂ ਦੀ ਵਿਸਤਾਰ ਨਾਲ ਅਸ ਤੋਂ ਪਹਿਲਾਂ ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਘਾਟੀ ਦਾ ਬਟਨ ਜ਼ਰੂਰ ਦਬਲائیں۔ ਗੱਲ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ ਕਿ ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ 28 ਦਸੰਬਰ ਤੱਕ ਹੜਤਾਲ ਤੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀ ਦਾ ਸਾਹਮਣਾ। ਪੰਜਾਬ ਵਿੱਚ ਹੜਤਾਲੀ ਕਾਮਿਆਂ ਨੇ ਚੰਨੀ ਸਰਕਾਰ ਦੀਆਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਮੈਡੀਕਲ ਸਟਾਫ ਦੀ ਹੜਤਾਲ ਤੋਂ ਬਾਅਦ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਨੇ ਵੀ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਨੇ 28 ਦਸੰਬਰ ਤੱਕ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਕਰਮਚਾਰੀ ਬੁੱਧਵਾਰ ਤੋਂ ਹੜਤਾਲ ਦੇ ਜਿਸ ਕਨ ਸਰਕਾਰੀ ਦਫ਼ਤਰਾਂ ਦੇ ਕਰਮਚਾਰੀ ਕੰਮ ਨਹੀਂ ਕਰ ਰਹੇ ਹਨ ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਹਲਕੇ ਵਿੱਚ ਲੈ ਲਈ ਹੈ ਤੇ ਮੰਗਾਂ ਦਾ ਹੱਲ ਤਾਂ ਹੀ ਕਰੇਗੀ 60 ਲੱਖ ਕਿਸਾਨਾਂ ਲਈ ਚੰਗੀ ਖਬਰ ਖਾਤੇ ਜਾਣਗੇ 5-5000 ਰੁਪਏ ਤੇ ਲਗਾ ਇਹਨਾਂ ਦੇ ਲੱਖਾਂ ਕਿਸਾਨਾਂ ਲਈ ਖੁਸ਼ਖਬਰੀ ਹੈ ਜੀ ਇਸ ਮਹੀਨੇ ਦੇ ਆਖਰੀ ਹਫਤੇ ਵਿੱਚ ਖਾੜੀ ਦੇ ਸੀਜ਼ਨ ਲਈ ਉਹਨਾਂ ਦੇ ਖਾਤੇ ਵਿੱਚ 5000 ਰੁਪਏ ਪ੍ਰਤੀ ਏਕੜ ਰਕਮ ਜਮ੍ਹਾਂ ਹੋ ਜਾਵੇਗੀ ਇਸ ਸਬੰਧੀ ਸੂਬੇ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹਨਾਂ ਨੇ ਕਿਹਾ ਹੈ ਕਿ ਇਹ ਰਾਸ਼ੀ ਮਹੀਨੇ ਦੇ ਆਖਰੀ ਹਫਤੇ ਦੇ 10 ਦਿਨਾਂ ਦੇ ਅੰਦਰ-ਅੰਦਰ ਰਾਜ ਦੇ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਜਾਣੀ ਚਾਹੀਦੀ ਹੈ ਵੱਡੀ ਗੱਲ ਇਹ ਹੈ ਕਿ ਸੂਬੇ ਦੇ 60 ਤੋਂ ਵੱਧ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ ਮੁੱਖ ਮੰਤਰੀ ਕੇ ਚੰਦਰਕੇਸ਼ ਸ਼ੇਖਰ ਰਾਓ ਨੇ ਐਲਾਨ ਕੀਤਾ ਕਿ ਹਾੜੀ ਦੇ ਸੀਜ਼ਨ ਲਈ ਇਹ ਰਹਿਤੂ ਬੰਦੂ ਸਕੀਮ ਜੋ ਇਹਨਾਂ ਦੇ ਅ ਤਹਿਤ 28 ਦਸੰਬਰ 2021 ਤੋਂ ਕਿਸਾਨਾਂ ਦੇ ਬੈਂਕ ਖਾਤੇ ਵਿੱਚ 5000 ਰੁਪਏ ਪ੍ਰਤੀ ਏਕੜ ਦੀ ਰਕਮ ਜਮ੍ਹਾਂ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ 2022-23 ਲਈ ਸਿੱਧੇ ਤੌਰ ਤੇ ਇਹ ਲੇਬਰ ਕੰਮ ਕਰਨ ਦੀ ਇਜਾਜ਼ਤ ਸੂਬੇ ਵਿੱਚ ਮਜ਼ਦੂਰਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਨੀ ਸਿੰਘ ਚੈਨੀ ਨੇ ਐਲਾਨ ਕੀਤਾ ਕਿ 2022-23 ਲਈ ਰਾਜ ਖਰੀਦ ਏਜੰਸੀਆਂ ਦੇ ਕੰਮਲੇ ਲੇਬਰ ਸਿੱਧੇ ਤੌਰ ਤੇ ਵਰਕਰ ਮੈਨੇਜਮੈਂਟ ਤੋਂ ਮੰਗੀ ਜਾ ਸਕਦੀ ਹੈ ਇਸ ਦਾ ਭੁਗਤਾਨ ਵੀ ਸਿੱਧਾ ਉਹਨਾਂ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਚੈਨੀ ਨੇ ਅੱਗੇ ਕਿਹਾ ਕਿ 2022-23 ਲਈ ਰਾਜ ਖਰੀਦ ਏਜੰਸੀਆਂ ਦੇ ਲੇਬਰ ਕੰਮ ਦੇ ਆਵਾਰ ਦੀ ਨੀਤੀ ਵਿੱਚ ਜ਼ਰੂਰੀ ਉਪਬੰਧ ਸ਼ਾਮਲ ਕੀਤੇ ਗਏ ਨੇ ਤੇ ਰਾਜਪਰ ਦੀਆਂ ਵਰਕਰ ਮੈਨੇਜਮੈਂਟ ਕਮੇਟੀਆਂ ਦੀ ਵੈੱਬਸਾਈਟ aprc.punjab.gov.in ਰਹੀ ਲੇਬਰ ਕਾਮ ਦੇ ਅਵਾਰਡ ਲਈ 30 ਦਸੰਬਰ 2021 ਤੱਕ ਸਿੱਧੇ ਤੌਰ ਤੇ ਅਪਲਾਈ ਕਰ ਸਕਦੀਆਂ ਨੇ ਡਾਕਟਰਾਂ ਵੱਲੋਂ ਅੰਮ੍ਰਿਤਸਰ ਬੀਅਰਬੀ ਦੇ ਆਦੋਸ਼ੀ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਦੇਖੋ ਪੂਰੀ ਖਬਰ ਸ਼ਰੀਹਰਮਦਰ ਸਾਹਿਬ ਜੀ ਬੇਅਦਬੀ ਦੇ ਦੋਸ਼ੀ ਦੀ ਮੌਤ ਤੋਂ 3 ਦਿਨ ਬਾਅਦ ਵੀ ਪੁਲਿਸ ਉਸ ਬਾਰੇ ਪੁਲਿਸ ਨੂੰ ਉਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਮੁਲਜ਼ਮ ਦੀ ਪਛਾਣ ਕਰਨ ਲਈ ਅਜੇ ਤੱਕ ਕੋਈ ਵੀ ਅਗੇ ਨਹੀਂ ਆਇਆ ਹੁਣ ਸਮਾਂ ਬੀਤਣ ਦੇ ਨਾਲ-ਨਾਲ ਮਜਮਾ ਦੀ ਪਛਾਣ ਹੋਣ ਦੀ ਸੰਭਾਵਨਾ ਵੀ ਘਟਦੀ ਜਾ ਰਹੀ ਹੈ ਮੰਗਲਵਾਰ ਰਾਤ 8 ਵਜੇ ਦੋਸ਼ੀ ਦੀ ਮੌਤ ਨੂੰ 72 ਘੰਟੇ ਪੂਰੇ ਹੋ ਗਏ ਨੇ ਪੁਲਿਸ ਬੀਤੇ ਦਿਨ ਹੀ ਪੋਸਟਮਾਰਟਮ ਕਰਵਾਉਣਾ ਚਾਹੁੰਦੀ ਸੀ ਪਰ ਸਿਹਤ ਵਿਭਾਗ ਦੇ ਡਾਕਟਰਾਂ ਨੇ ਸ਼ਾਮ 4 ਵਜੇ ਤੋਂ ਬਾਅਦ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਬੁੱਧਵਾਰ ਯਾਨੀ ਕਿ ਕੱਲ ਮ੍ਰਿਤਕ ਮੁਲਜ਼ਮ ਦਾ ਪੋਸਟਮਾਰਟਮ ਕੀਤਾ ਜਾਵੇਗਾ ਪੋਸਟਮਾਰਟਮ ਦੌਰਾਨ ਇੱਕ ਵਾਰ ਫਿਰ ਬਾਇਓਮੈਟ੍ਰਿਕ రికార్డ్ ਲਿਆ ਜਾਵੇਗਾ ਤੇ ਆਧਾਰ ਕਾਰਡ ਡਾਟਾਬੇਸ ਨਾਲ ਮਿਲਾਇਆ ਜਾਵੇਗਾ ਜਿਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮ੍ਰਿਤਕ ਦੇ ਪਛਾਣ ਕਰਨ ਚ ਸਹਿਯੋਗ ਕਰਨ ਤੇ ਇਸ ਨਾਲ ਸੰਬੰਧੀ ਫੁਟੇਜ ਵਿੱਚ ਮ੍ਰਿਤਕ ਸ਼੍ਰੀਦਰ ਬਾਸਾਹਬ ਨੇੜੇ ਬਾਜ਼ਾਰਾਂ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਤੇ ਹੁਣ ਪੁਲਿਸ ਨੇ 16 ਨਾਲ ਸੰਬੰਧੀ ਫੁਟੇਜ ਵੀ ਲੱਭਣੀ ਸ਼ੁਰੂ ਕਰ ਦਿੱਤੀ ਤੇ ਡੀਸੀਪੀ ਬੰਡਾਲ ਨੇ ਦੱਸਿਆ ਕਿ ਮ੍ਰਿਤਕ ਦੇ ਦੇ ਫਿੰਗਰਪ੍ਰਿੰਟ ਲੈ ਗਏ ਸਨ ਤੇ ਉਹਨਾਂ ਨੂੰ ਆਧਾਰ ਕਾਰਡ ਦੇ ਨਾਲ ਡਾਟਾਬੇਸ ਨਾਲ ਵੀ ਮਲਾਇਆ ਗਿਆ ਸੀ ਪਰ ਸਫਲਤਾ ਨਹੀਂ ਮਿਲੀ ਪੋਸਟਮਾਰਟਮ ਦੇ ਸਮੇਂ ਉਸ ਦਾ ਬਾਇਓਮੈਟ੍ਰਿਕ ਰਿਕਾਰਡ ਦੁਬਾਰਾ ਲਿਆ ਜਾਵੇਗਾ ਤੇ ਉਸ ਨੂੰ ਡਾਟਾਬੇਸ ਨਾਲ ਮਿਲਾਉਣ ਲਈ ਭੇਜਿਆ ਜਾਵੇਗਾ ਇਹ ਸੜਕਾਂ ਤੇ ਫ੍ਰੀ ਸਫ਼ਰ ਖਤਮ ਆ ਲੋਕਾਂ ਨੇ ਇੱਕ ਪਰ 40 ਲੱਖ ਕਰੋੜ ਕਮਾਈ ਕਰਨ ਦੀ ਤਿਆਰੀ ਚ ਸਰਕਾਰ ਹੋਰ ਸੜਕਾਂ ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ ਜੀਹਾਂ ਦਰਸਲ ਸਰਕਾਰ ਸੜਕਾਂ ਤੇ ਫ੍ਰੀ ਸਫ਼ਰ ਖਤਮ ਕਰਕੇ ਲੋਕਾਂ ਤੋਂ ਇੱਕ ਪਰ 40 ਲੱਖ ਕਰੋੜ ਕਮਾਈ ਕਰਨ ਦੀ ਤਿਆਰੀ ਚ ਹੈ ਇੱਕ ਇੱਕ ਪ੍ਰੋਗਰਾਮ ਵਿੱਚ ਬੋਲਦੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਨ ਗੜਕਰੀ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਾਨਕਿ ਐਨ ਐਚ ਏ ਆਈ ਦੀ ਕਮਾਈ ਵਧਾਉਣ ਦੀ ਗੱਲ ਕਹੀ ਹੈ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਇਸ ਵੇਲੇ ਅਥਾਰਟੀ ਨੂੰ ਸਿਰਫ 40 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਪਰ ਆਉਣ ਵਾਲੇ 3 ਤੋਂ 5 ਸਾਲਾਂ ਵਿੱਚ ਇਸ ਨੂੰ ਵਧਾ ਕੇ 1 ਬਿੰਟ ਅ 40 ਲੱਖ ਰੋਡਰਪਏ ਕਰਨ ਦਾ ਉਹਨਾਂ ਦਾ ਟੀਚਾ ਰੱਖਿਆ ਹੈਗੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ ਉਸ ਦੀ ਆਰਥਿਕ ਤਰੱਕੀ ਬਹੁਤ ਜ਼ਰੂਰੀ ਹੈ ਇਸ ਲਈ ਸਰਕਾਰ ਦਾ ਪਹਿਲਾ ਅਜੰਤਾ ਦੇਸ਼ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਬਣਾਉਣੇ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਦੇਸ਼ ਆਰਥਿਕ ਤੌਰ ਤੇ ਉਦੋਂ ਹੀ ਖੁਸ਼ਹਾਲ ਹੁੰਦਾ ਜਦੋਂ ਸਰਕਾਰ ਉਸ ਨੂੰ ਉਸ ਦੇਸ਼ ਦੇ ਪਿੰਡੂ ਅਤੇ ਕਬਾਇਲੀ ਆਬਾਦੀਆਂ ਵਾਲੇ ਖੇਤਰ ਵਿੱਚ ਆਰਥਿਕ ਤਰੱਕੀ ਲਈ ਕੰਮ ਕਰਦੀ ਹੈ ਪੰਜਾਬ ਮਗਰੋਂ ਉੱਤਰਾਖੰਡ ਚ ਵੱਡਾ ਧਮਾਕਾ ਕਾਂਗਰਸ ਨੂੰ ਵਾਲਵੇ ਦਾ ਕਹਿ ਸਕਦੇ ਨੇ ਹਰੀਸ਼ रावत ਪੰਜਾਬ ਤੋਂ ਬਣ ਹਣ ਉਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਪਾਰਟੀ ਚਹਿਗਾਮਾ ਸ਼ੁਰੂ ਹੋ ਗਿਆ ਹੈ ਉਤਰਾਖੰਡ ਲਈ ਕਾਂਗਰਸ ਦੇ ਚੋਣ ਪ੍ਰਚਾਰ ਮੁਖੀ ਹਰੀਸ਼ रावत ਨੇ ਬੁੱਧਵਾਰ ਨੂੰ ਆਪਣੀ ਪਾਰਟੀ ਸੰਗਠਨ ਦੇ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਇਸ ਨੂੰ ਛੱਡਣ ਜਿਹਾ ਮਹਿਸੂਸ ਕਰ ਰਹੇ ਨੇ ਉੱਤਰਾਖੰਡ ਵਿੱਚ ਕੁਝ ਮਹੀਨੇ ਤੱਕ ਚੋਣਾ ਹੋਣੀ ਉਹਨੇ ਪਰ ਇਸ ਦੌਰਾਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਕਾਂਗਰਸ ਸੰਗਠਨ ਤੇ ਸਵਾਲ ਖੜੇ ਕੀਤੇ ਨੇ ਟਵੀਟ ਕਰਦੇ ਹੋਏ ਉਹਨਾਂ ਨੇ ਆਪਣੀ ਪਾਰਟੀ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਬੁੱਧਵਾਰ ਨੂੰ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੀ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹਨਾਂ ਅਤੇ ਪਾਰਟੀ ਵਿਚਾਲੇ ਸਭ ਕੁਝ ਠੀਕ ਨਹੀਂ ਹੈ ਕੈਨੇਡਾ ਜਾਣ ਦੇ ਚਾਹਵਨਾਂ ਲਈ ਖੁਸ਼ਖਬਰੀ 2022 ਚ 4 ਲੱਖ ਤੋਂ ਜ਼ਿਆਦਾ ਲੋਕਾਂ ਲਈ ਖੁੱਲਣਗੇ ਦਰਵਾਜ਼ੇ 온ਟਾਰੀਓ ਭਾਰਤ ਦੇ ਨੌਜਵਾਨਾਂ ਵਿੱਚ ਕੈਨੇਡਾ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਹੈ ਇਸ ਦੌਰਾਨ ਕੈਨੇਡਾ ਜਾਣ ਦੇ ਚਾਹਵਨਾਂ ਲਈ ਇੱਕ ਚੰਗੀ ਖਬਰ ਹੈ ਜੀ ਦਰਅਸਲ ਕੈਨੇਡਾ ਦੀ ਸਰਕਾਰ ਅਗਲੇ ਸਾਲ 4 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਲਈ ਆਪਣੀਆਂ ਸਰਹੱਦਾਂ ਖੋਲਣ ਜਾ ਰਹੀ ਹੈ ਕੈਨੇਡਾ 3.5 ਲੱਖ ਦੇ ਆਮ ਸਾਲਾਨਾ ਅੰਕੜੇ ਦੇ ਮੁਕਾਬਲੇ 2022 ਵਿੱਚ 411000 ਪ੍ਰਵਾਸੀਆਂ ਦਾ ਸਵਾਗਤ ਕਰੇਗਾ ਜਦਕਿ ਆ 2021 ਲਈ ਇਹ ਅੰਕੜਾ 4 ਲੱਖ 1000 ਰੱਖਿਆ ਗਿਆ ਸੀ ਜਦ ਕਿ 2023 ਵਿੱਚ ਇਹ ਵਧ ਕੇ 421000 ਹੋ ਜਾਵੇਗਾ ਭਾਰਤੀਆਂ ਲਈ ਇਹ ਖੁਸ਼ੀ ਦੀ ਖਬਰ ਹੈ ਕਿਉਂਕਿ ਬਾਹਰਲੇ ਮੁਲਕਾਂ ਤੋਂ ਕੈਨੇਡਾ ਵਿੱਚ ਵਸਣ ਵਾਲੇ ਲੋਕਾਂ ਵਿੱਚ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈਕਰ ਤੁਸੀਂ ਵੀ ਕੈਨੇਡਾ ਜਾਣ ਦੀ ਉਡੀਕ ਵਿੱਚ ਉਹ ਤਾਂ ਜਲਦੀ 7696998 876 ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹੁਣ ਪੰਜਾਬ ਵਿੱਚ ਕਿਸਾਨ ਵਰਸ ਕਾਂਗਰਸ ਸਰਕਾਰ ਚੱਡੇਗਾ ਤੇ 32 ਜਥੇਬੰਦੀਆਂ ਦੀ ਆਗੂਆਂ ਦੀ ਮੀਟਿੰਗ ਆ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਨਾਲ ਲੜਾਈ ਜਿੱਤ ਕੇ ਦਿੱਲੀ ਤੋਂ ਪਰਤੇ ਕਿਸਾਨ ਹੁਣ ਪੰਜਾਬ ਸਰਕਾਰ ਨਾਲ ਲੜਨ ਲਈ ਤਿਆਰ ਨੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਮੁਕੰਮਲ ਕਾਜਾ ਮਾਫੀ ਦਾ ਵਾਅਦਾ ਅਜੇ ਵੀ ਅਧੂਰਾ ਜਿਸ ਦੇ ਮੱਦੇਨਜ਼ਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਜਿਹੜੇ ਕੱਲ ਚੰਡੀਗੜ੍ਹ ਨੂੰ ਮੀਟਿੰਗ ਕਰਦੀ ਸੀ ਇਸ ਮੀਟਿੰਗ ਵਿੱਚ ਕਿਸਾਨ ਆਗੂ ਭਵਿੱਖ ਦੀ ਰਣਨੀਤੀ ਤੈਅ ਕਰਨਗੇ ਅਤੇ ਕਿਸਾਨ ਜਥੇਬੰਦੀਆਂ ਦੀ ਪੰਜਾਬ ਦੇ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਨਾਲ ਮੀਟਿੰਗ ਹੋਵੇਗੀ ਸਰਕਾਰ ਦਾ ਕਿਸ ਤੇ ਸਟੈਂਡ ਤੇ ਕੀ ਰਣਨੀਤੀ ਹੋਵੇਗੀ ਇਹ ਫੈਸਲਾ ਤੈ ਹੋਵੇਗਾ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮਧ ਵਿੱਚ ਕਿਸੇ ਵੀ ਦਿਨ ਚੋਣ ਜਾਬਤਾ ਲਾਗੂ ਹੋ ਸਕਦਾ ਹੈ ਜਿਸ ਅਹਿਚੇ ਕਿਸਾਨ ਸਰਕਾਰ ਨੂੰ ਉਸ ਤੋਂ ਪਹਿਲਾਂ ਵਾਅਦਾ ਪੂਰਾ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਚੰਨੇ ਸਰਕਾਰ ਲਈ ਚੜਿਆ ਨਵਾ ਚੰਦ ਮੁਲਾਇਮ ਵੱਲੋਂ 28 ਤੇ 29 ਦਸੰਬਰ ਨੂੰ ਕੀਤਾ ਜਾਵੇਗਾ ਪੰਜਾਬ ਬੰਦਾ ਸਾਂਝਾ ਮੁਲਾਜ਼ਮਾ ਮੰਚ ਪੰਜਾਬ ਅਤੇ ਯੂਟੀ ਦੀ ਕਾਜਿਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਭਰ ਦੀਆਂ ਲਗਭਗ ਸਾਰੀਆਂ ਵੱਡੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕਰਕੇ ਵੱਡਾ ਫੈਸਲਾ ਕਰਦੇ ਹੋਏ ਮਿਤੀ 28 ਅਤੇ 29 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕਰ ਦਿੱਤਾ ਇਸ ਮੌਕੇ ਮੰਚ ਦੇ ਨੁਮਾਇੰਦੇ ਸੁਖਚੰਦ ਸਿੰਘ ਕਹਿਰਾ ਉਵਾਸਵੀਰ ਸਿੰਘ ਭੁੱਲਰ ਮੇਗ ਸਿੰਘ ਸਿੱਧੂ ਹਰਵੀਰ ਸਿੰਘ ਟੀਨਸਾ ਵਾਸ਼ਿੰਗਟਨ ਸਿੰਘ ਕਰਮ ਸਿੰਘ ਤਨੋਆ ਖੁਸ਼ਪਿੰਦਰ ਕਪਿਲਾ ਪਰਵਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਜੇਕਰ ਸਰਕਾਰ ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮਾਂ ਤੇ ਰਿਟਾਇਰੀਆਂ ਦੀਆਂ ਕੁਝ ਮੰਗਾਂ ਮੰਨੀਆਂ ਗਈਆਂ ਸਨ ਜਿਵੇਂ ਕਿ ਪਰਕ ਕਾਲ ਅਤੇ ਤਰੱਕੀ ਵਾਲੇ ਸਾਥੀਆਂ ਨੂੰ ਬੰਦ ਦਾ ਲਾਭ ਦੇਣ ਸੰਬੰਧੀ ਡੀਐਮਈਟੀ 1/7/2021 ਤੋਂ ਜਾਰੀ ਕਰ ਸੰਬੰਧੀ ਪੈਨਸ਼ਨਰਜ਼ ਨੂੰ 2.99 ਦੇ ਫਾਰਮੂਲਾ ਪੈਨਸ਼ਨ ਸੋਧਨ ਸੰਬੰਧੀ 24 ਕੈਟਾਗਰੀਆਂ ਨੂੰ 2.99 ਨਾਲ ਲਾਭ ਦੇਣ ਸੰਬੰਧੀ ਵਕ ਵਕਤ ਤਰ੍ਹਾਂ ਦੇ ਖਾਤਮੇ ਕੀਤੇ ਪੱਤੇ ਬਹਾਲ ਕਰਨ ਸੰਬੰਧੀ ਆਧ ਪੰਜ ਸੰਬੰਧੀ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸ ਤੋਂ ਇਲਾਵਾ ਬਾਕੀ ਰਹਿਣੀਆਂ ਮੰਗਾਂ ਜਿਵੇਂ ਕਿ 15% ਦਾ ਲਾਭ 100% ਨਾਲ ਦਿੱਤਾ ਜਾਵੇ ਤੇ 15 ਇੱਕ 2015 17 7 2020 ਦਾ ਪੱਤਰ ਵਾਪਸ ਲੈ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਮੋਦੀ 1 ਜਨਵਰੀ ਨੂੰ ਜਾਰੀ ਕਰਨਗੇ ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸਾਲ ਮੌਕੇ ਕਿਸਾਨਾਂ ਦੀ ਝੋਲੀ ਭਰਨ ਵਾਲੇ ਨੇ ਜੀ ਹਾਂ ਦੋਸਤੋ ਮੋਦੀ 1 ਜਨਵਰੀ ਨੂੰ ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕਰਨਗੇ ਤੇ ਕਿਸਾਨ ਉਦਪਾਤਕ ਸੰਗਠਨਾਂ ਨੂੰ ਇੱਕ ਕਮੇਟੀ ਗ੍ਰਾਂਟ ਪ੍ਰਦਾਨ ਕਰਨਗੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮੋਦੀ ਨਵੇਂ ਸਾਲ ਮੌਕੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਪੀਐਮ ਕਿਸਾਨ ਸਨਮਾਨ ਦੀ ਯੋਜਨਾ ਦੀ 10ਵੀਂ ਕਿਸ਼ਤ ਜਾਰੀ ਕਰਨਗੇ ਇਸ ਦੇ ਤਹਿਤ 12 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ 24 ਸਤੰਬਰ ਤੋਂ ਕੇਜਰੀਵਾਲ ਦਾ ਪੰਜਾਬ ਦੌਰੇ ਕਿਸਮਸ ਮੌਕੇ ਮਾਨ ਨੂੰ ਐਲਾਨ ਲਗੇ ਸੀਐਮ ਚੇਹਰਾ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਪੱਕ ਚੁੱਕਿਆ ਇਸ ਵਿਚਕਾਰ ਇੱਕ ਵਾਰ ਫਿਰ ਤੋਂ ਦਿੱਲੀ ਦੇ ਸੀਐਮ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲਾ 24 ਦਸੰਬਰ ਤੋਂ ਦੋ ਦਿਨਾਂ ਦੌਰੇ ਤੇ ਪੰਜਾਬ ਵਿੱਚ ਆ ਰਹੇ ਨੇ ਹੁਣ ਤੱਕ ਸੀਐਮ ਚੇੜੇ ਤੇ ਚੁੱਪ ਕੇ ਜਰੀਵਾਲ ਵੱਲੋਂ ਵੱਡਾ ਐਲਾਨ ਕੀਤੇ ਜਾਣ ਦੀ ਉਮੀਦ ਹੈ ਪੰਜਾਬ ਚੋਣਾਂ ਲੜਨ ਲਈ ਆਪ ਵੱਲ ਪਗਮਾਨਤ ਮਨ ਹੁਣ ਸੀਐਮ ਚੇੜਾ ਬਣਾਇਆ ਜਾ ਸਕਦਾ ਹੈ ਪੰਜਾਬ ਵਿੱਚ 24 ਦਸੰਬਰ ਨੂੰ ਬਾਰਿਸ਼ 23 ਤੋਂ 25 ਤਰੀਕ ਤੱਕ ਪਵੇਗੀ ਸੰਗਣੀ ਤੰਦ ਜਾਣ ਮੌਸਮ ਦਾ ਹਾਲ ਆ ਅੱਜ ਦੀ ਲਾਸਟ ਖਬਰ ਹੈ ਜੀ ਕਿ ਪੰਜਾਬ ਤੇ ਹਰਿਆਣਾ ਸੀਤ ਲਹਿਰ ਦੀ ਜਗੜਜ ਨੇ ਉੱਤਰ ਪੱਛਮੀ ਭਾਰਤ ਵਿੱਚ ਸੀਤ ਲਹਿਰ ਦਾ ਕਹਿਰ ਅਗਲੇ 2 ਦਿਨਾਂ ਤੱਕ ਜਾਈ ਰਹਿਣ ਦੀ ਸੰਭਾਵਨਾ ਤੇ ਮੌਸਮ ਵਿਭਾਗ ਨੇ ਵਿਖਬਾਰੀ ਕੀਤੀ ਹੈ ਕਿ ਮਾਦਤੇ ਪੂਰਬੀ ਭਾਰਤ ਵਿੱਚ ਅਗਲੇ 3 ਦਿਨਾਂ ਤੱਕ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਨੇ ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਵਿੱਚ 24 ਦਸੰਬਰ ਨੂੰ ਕੁਝ ਥਾਵਾਂ ਤੇ ਹਲਕਾ ਮੀਂਹ ਪੈ ਸਕਦਾ ਹੈ ਤੇ ਹਰੇ ਪੰਜਾਬ ਤੇ ਹਰਿਆਣਾ 'ਚ 23 ਤੋਂ 25 ਦਸੰਬਰ ਨੂੰ ਸਵੇਰ ਵੇਲੇ ਸੰਘਣੀ ਧੁੰਦ ਛਾਈ ਰਹੇਗੀ ਤੇ ਪੱਛਮੀ ਗੜਬੜੀ ਕਰਕੇ ਪਛਮੀ ਹਿਮਾਲਿਆ ਇਲਾਕੇ 'ਚ 22 ਤੋਂ 25 ਦਸੰਬਰ ਤੱਕ ਹਲਕਾ ਮੀਂਹ ਤੇ ਦਰਮਿਆਨੀ ਬਰਫਬਾਰੀ ਹੋ ਸਕਦੀ ਹੈ। ਪੰਜਾਬ ਦੇ ਮੋਗਾ ਬਠਿੰਡਾ ਅੰਮ੍ਰਿਤਸਰ ਵਿੱਚ ਪਾਰਾ ਕਾਫੀ ਹੀਠਾ ਡਿੱਗਣ ਕਰਕੇ ਠੰਡ ਵਿੱਚ ਕਾਫੀ ਵਾਧਾ ਹੋਇਆ ਤੇ ਮੋਗਾ 'ਚ ਘੱਟੋ-ਘੱਟ ਪਾਰਾ 0.6°C ਦੱਜ ਕੀਤਾ ਗਿਆ ਤੇ ਅੰਮ੍ਰਿਤਸਰ ਵਿੱਚ ਇਹੀ ਪਾਰਾ 0.8°C ਜਦਕਿ ਬਠਿੰਡਾ ਵਿੱਚ 0.0°C ਦੱਜ ਕੀਤਾ ਗਿਆ ਹੈ। ਤਾਂ ਦੋਸਤੋ ਇਸsing ਆਪਣੀਆਂ ਅੱਜ ਦੀਆਂ ਦਿਨ ਪਰ ਦੀਆਂ ਤਾਜ਼ਾ ਵਡੀਆਂ ਖਬਰਾਂ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਅਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ